ਬਿਨਾਂ ਗੱਲ ਤੋਂ ਉਹਨਾਂ ਨੂੰ 20 ਸਾਲ 25 ਸਾਲ ਇਹ ਦਿੱਲੀ ਵਰਗੀਆਂ ਤਿਹਾੜ ਜੇਲ੍ਹਾਂ 'ਚ ਰੋਲ ਸਕਦੇ ਆ, ਹੌਸਲਾ ਉੱਥੇ ਮਰਵਾ ਵੀ ਦੇਣ ਤੇ ਹੌਸਲਾ ਉੱਥੇ ਮਰਵਾ ਵੀ ਦੇਣ ਤੇ ਹੌਸਲਾ ਉੱਥੇ ਮਰਵਾ ਵੀ ਦੇਣ ਤੇ ਹੌਸਲਾ ਉੱਥੇ ਮਰਵਾ ਵੀ ਦੇਣ। ਜਿਵੇਂ ਕਿ ਪਿਛਲੇ ਦਿਨ ਜੱਗੀ ਜੋਹਲ ਜਿਵੇਂ ਪੁਲਿਸ ਨੇ ਗ੍ਰਿਫਤਾਰੀ ਵਿੱਚ ਆ ਗਿਆ, ਜਿਵੇਂ ਇੱਥੇ ਜੇਲ੍ਹਾਂ ਵਿੱਚ ਰੁਲ ਰਿਹਾ, ਇਸ ਤਰ੍ਹਾਂ ਅਨੇਕਾਂ ਮੁੰਡੇ ਨੇ ਜਿਹੜੇ ਬਾਹਰਲੇ ਮੁਲਕਾਂ ਤੋਂ ਸਾਡੇ ਆਉਂਦੇ ਨੇ ਤੇ ਉਹਨਾਂ ਦੇ ਕਿਸੇ ਨਾ ਕਿਸੇ ਝੂਠੇ ਕੇਸ ਪਾ ਕੇ ਜੇਲ੍ਹਾਂ 'ਚ ਸੱਟ ਦਿੱਤੇ ਜਾਂਦੇ ਨੇ। ਜੱਗੀ ਜੋਹਲ ਦਾ ਕੇਸ ਜਿਹੜਾ ਕੱਲ ਨਵੇਂ ਸਿਰੋਂ ਇੱਕ ਫੈਸਲਾ ਹੋਇਆ ਸੁਪਰੀਮ ਕੋਰਟ ਦਾ ਕਿ ਜੱਗੀ ਜੋਹਲ ਇੰਗਲੈਂਡ ਤੋਂ ਵਿਆਹ ਕਰਾਉਣ ਲਈ ਪੰਜਾਬ ਆਇਆ, ਏਅਰਪੋਰਟ ਤੋਂ ਫੜ ਕੇ ਇਹਨਾਂ ਨੇ ਕਿਹਾ ਕਿ ਫੰਡ ਜਾਰੀ ਕਰਦਾ, ਫੰਡਿੰਗ ਕਰਦਾ, ਇੱਥੇ ਟਾਰਗੇਟ ਕਿਲਿੰਗ ਹੋਈਆਂ ਨੇ, ਉਹਦੇ ਸੰਬੰਧ 'ਚ ਇਹਨਾਂ ਨੇ ਉਹਨੂੰ ਫੜ ਕੇ ਅੰਦਰ ਦੇਤਾ। ਮੁੜ ਕੇ 5 ਕਤਲਾਂ ਦੇ ਮੁਕੱਦਮੇ ਜਿਹੜੇ ਉਹਦੇ ਪਾ ਦਿੱਤੇ ਗਏ। ਕੱਲ੍ਹ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਕਿ ਜੱਗੀ ਜੋਹਲ ਵਰਗਿਆਂ ਨੂੰ ਤਿਹਾੜ ਜੇਲ੍ਹ ਭੇਜਿਆ ਜਾਵੇ ਪੰਜਾਬ ਤੋਂ ਬਦਲ ਕੇ, ਅਤੇ ਇਹਦਾ ਜਿਹੜਾ ਕੇਸ ਹੈ ਦਿੱਲੀ ਪੰਜਾਬ ਤੋਂ ਬਦਲ ਕੇ ਦਿੱਲੀ ਲਿਆਂਦਾ ਜਾਵੇ। ਸੋ ਜਾਣ ਬੁੱਝ ਕੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਜੱਗੀ ਜੋਹਲ ਦੇ ਖਿਲਾਫ਼ ਕੋਈ ਸਬੂਤ ਨਹੀਂ ਹੈਗਾ, ਉਹਨੂੰ ਪੰਜਾਬ 'ਚ ਕੋਈ ਸਜ਼ਾ ਨਹੀਂ ਹੋ ਸਕਦੀ, ਤਾਂ ਕੇਸ ਦਿੱਲੀ ਲੈ ਗਏ ਬਦਲ ਕੇ, ਤਾਂ ਕਿ ਦਿੱਲੀ ਦੀਆਂ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਸਾੜਿਆ ਜਾਵੇ, ਉਹ ਸਾਰਾ ਮਰਵਾਇਆ ਵੀ ਜਾ ਸਕਦਾ ਉਹਨਾਂ ਨੌਜਵਾਨਾਂ ਨੂੰ। ਸੋ ਮੈਂ ਪੂਰੀ ਸਿੱਖ ਸੰਗਤ ਦੇ ਅੱਗੇ ਅਪੀਲ ਕਰਦਾ ਕਿ ਸਾਨੂੰ ਇਸ ਗੱਲ ਦੇ ਖਿਲਾਫ਼ ਜਿਹੜਾ ਬੋਲਣਾ ਚਾਹੀਦਾ, ਕਿਉਂਕਿ ਉੱਥੇ ਦੋ ਜੱਜ ਜਿਹੜੇ RSS ਦੇ ਜੱਜ ਨੇ, ਮਿਸ਼ਰਾ ਅਤੇ ਨਵੀਨ, ਜਿਨ੍ਹਾਂ ਜੱਜਾਂ ਨੇ 30 ਸਕਿੰਟ ਦੇ ਵਿੱਚ ਫੈਸਲਾ ਦੇਤਾ, ਕਿਸੇ ਵਕੀਲ ਦੀ ਅਪੀਲ ਦਲੀਲ ਨਹੀਂ ਸੁਣੀ, ਕੋਈ ਬਹਿਸ ਨਹੀਂ ਸੁਣੀ, ਕਿ ਇਹਨਾਂ ਨੂੰ ਚੱਕ ਕੇ ਤਿਹਾੜ ਜੇਲ੍ਹ ਲਿਆਓ ਅਤੇ ਕੇਸ ਬਦਲ ਕੇ ਪੰਜਾਬ ਤੋਂ ਦਿੱਲੀ ਲੈ ਕੇ ਆਓ, ਤਾਂ ਕਿ ਜਿਵੇਂ ਸਾਡੇ ਪਹਿਲਾਂ ਬੰਦੀ ਸਿੰਘ ਜਿਹੜੇ ਬੈਠੇ ਨੇ 30-40 ਸਾਲ ਦੀ ਸਜ਼ਾ ਪੂਰੀਆਂ ਕਰ ਲਈਆਂ, ਉਵੇਂ ਇਹਨਾਂ ਨਾਲ ਹੋਣੀ ਹੈ। ਕੋਈ ਟ੍ਰਾਇਲ ਨਹੀਂ ਚੱਲਣਾ, ਕੋਈ ਸੁਣਵਾਈ ਨਹੀਂ ਹੋਣੀ, ਕੋਈ ਗਵਾਹੀ ਨਹੀਂ ਹੋਣੀ, ਬਿਨਾਂ ਗੱਲ ਤੋਂ ਉਹਨਾਂ ਨੂੰ 20 ਸਾਲ 25 ਸਾਲ ਇਹ ਦਿੱਲੀ ਵਰਗੀਆਂ ਤਿਹਾੜ ਜੇਲ੍ਹਾਂ 'ਚ ਰੋਲ ਸਕਦੇ ਆ, ਹੌਸਲਾ ਉੱਥੇ ਮਰਵਾ ਵੀ ਦੇਣ। ਮੈਂ ਕੌਮ ਨੂੰ ਅਪੀਲ ਕਰਦਾ ਕਿ ਕਾਲੇ ਝੰਡੇ ਆਪਣੇ ਘਰਾਂ 'ਤੇ ਲਾ ਕੇ ਰੋਸ ਮੁਜ਼ਾਹਰਾ ਕਰੋ, ਪ੍ਰਦਰਸ਼ਨ ਕਰੋ, ਤਾਂ ਕਿ ਸਰਕਾਰ ਤੱਕ ਜਿਹੜਾ ਵਿਰੋਧ ਜਾਵੇ ਅਤੇ ਇਹਨਾਂ ਨੌਜਵਾਨਾਂ ਦੀ ਜ਼ਿੰਦਗੀ ਬਚ ਸਕੇ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।